अर्थ प्रकाश देखने वाले तमाम भाई बहनों का स्वास्तिक शर्मा और राहुल तिवारी की तरफ से बहुत बहुत स्वागत है आप सबका। और जैसे आप सबको पता है कि पंजाब का अभी बजट सेशन चल रहा है और कल विधानसभा के अंदर पंजाब के फाइनेंस मिनिस्टर सरदार मनप्रीत सिंह बादल ने अपना बजट पेश किया। और पंजाब के इतिहास में ये पहली बार हुआ है कि जिस बजट पेश होना था उसी समय श्रोमणी अकाली दल के MLO ने वित्त मंत्री की कोठी का घेराव किया और वहाँ पर उनकी ये मांग थी कि जो किसानों के प्रति जो जातियाँ हुई हैं उनके परिवारों को मिलाने के लिए वो लेकर जा रहे थे, लेकिन उनको नहीं मिलने दिया गया। इसके कारण विधानसभा की, जो पंजाब के इतिहास में पहली बार हुआ है कि विधानसभा की कार्यवाही 10 मिनट के लिए स्पीकर को स्थगित करनी पड़ी। और उसके बाद जो बजट के ऊपर भी क्या श्रोमणी अकाली दल की प्रतिक्रिया थी, ये सरदार विक्रमजीत सिंह मजीठिया ने प्रेस कॉन्फ्रेंस की, हम उस प्रेस कॉन्फ्रेंस की आपको वीडियोस दिखा रहे हैं। आज जी जो कांग्रेस सरकार वालों खजाना मंत्री मनप्रीत सिंह बादल दे इशारे थे, कैप्टन अमरिंदर सिंह दी सरकार ने जो गुंडागर्दी अज पीड़ित किसानां नाल सुसाइड परिवारां दे परिवारां नाल फार्मर दे परिवारां नाल उन्हां दे मावां नाल बुजुर्गां नाल बच्चियां नाल जिन्हां दे घर परिवार चो जिहड़ा मैंबर आया सी जो अज गुंडागर्दी कीती है, श्रोमणी अकाली दल ते BJP दे सारे विधानकार बड़े जोरदार तरीके नाल उहदी निखेधी करदे आ, असीं उस नूं कंडेम करदे आ। अज पहली वारी होया इतिहास च, लोकतंत्र डेमोक्रेसी दे इतिहास च, अज एक ब्लैक डे इन द हिस्ट्री ऑफ पंजाब विधानसभा रिकॉर्ड होगा कि किवें पीड़ित परिवारां नूं मिलण दी बजाए जिथे उन्हां नाल धक्केशाही कीती उत्थे ऑपोजिशन मैंबर्स जिन्हां ने आप विधानसभा पहुंच के बजट की सुनवाई करनी सी उन्हां नूं बड़े गिने मिथे तरीके नाल बड़ी साजिश नाल ਸਾਨੂੰ ਅੱਜ ਉੱਥੇ ਬੇਰਹਿਮੀ ਨਾਲ ਔਰ ਬਿਲਕੁਲ ਬੇਦਰਦੀ ਨਾਲ ਉਹਨਾਂ ਪਰਿਵਾਰਾਂ ਨੂੰ ਉੱਥੇ ਟ੍ਰੀਟ ਕੀਤਾ ਗਿਆ। ਤੁਸੀਂ ਹੈਰਾਨ ਹੋਵੋਗੇ ਕਿ ਚਲੋ ਪੋਲੀਟੀਕਲ ਪਾਰਟੀਆਂ ਨਾਲ ਜਾਂ ਪੁਲਿਸ ਦੀ ਹਾਈ ਹੈਂਡਡਨੈਸ ਜਾਂ ਧੱਕੇਸ਼ਾਹੀ ਤਾਂ ਤੁਸੀਂ ਸੁਣੀ ਹੋਣੀ, ਮਗਰ ਜਿਹੜੇ ਸੁਸਾਈਡ ਪਰਿਵਾਰ ਸੀ, ਉਹਨਾਂ ਦੇ ਪਰਿਵਾਰ ਸੀ ਫਾਰਮਰਾਂ ਦੇ, ਇੱਕ 10 ਸਾਲ ਦਾ ਬੱਚਾ ਸੀ, ਉਹਨੂੰ ਤਾਂ ਇਸ ਤਰ੍ਹਾਂ ਖਿੱਚ ਕੇ ਲੈ ਗਏ ਜਿਵੇਂ ਉਹਨੇ ਪਤਾ ਨਹੀਂ ਕਿਹੜਾ ਅਟੈਕ ਕਰ ਦੇਣਾ ਸੀ ਸਾਹਿਬ ਮਨਪ੍ਰੀਤ ਸਿੰਘ ਦੇ ਘਰ 'ਤੇ। ਇੱਕ 5-7-10 ਲੇਡੀ ਸੀ ਵਿਚਾਰੀ, ਇੱਕ ਤੋਂ ਤੁਰਿਆ ਨਹੀਂ ਜਾਂਦਾ ਸੀ, 80 ਸਾਲ ਦੀ ਉਹਦੀ ਉਮਰ ਸੀ, ਸ਼ਰਮਾ ਜੀ ਦੇ ਨੇੜੇ ਖੜੀ ਸੀ, ਉਹਨੂੰ ਇਸ ਤਰੀਕੇ ਨਾਲ ਖਿੱਚਿਆ, ਉਹ ਵਿਚਾਰੀ ਚੀਕਾਂ ਮਾਰਦੀ ਰਹਿ ਗਈ ਕਿ ਮੇਰੀ ਲੱਤ ਟੁੱਟੀ ਆ, ਹੁਣੇ ਮੈਂ ਆਪਦਾ ਇਲਾਜ ਕਰਾਇਆ, ਉਹਦੀ ਕੋਈ ਨਹੀਂ ਸੁਣੀ। ਇੱਕ ਹੈਂਡੀਕੈਪ ਸੀਗਾ, ਆਪਦੀ ਕੁਰਸੀ ਤੇ ਬੈਠਿਆ ਸੀ, ਉਹਨੂੰ ਕੁਰਸੀ ਤੋਂ ਹੀ ਛੱਡ ਦੇਣਾ ਸੀਗਾ ਜਦ ਤੱਕ ਕਿ 2-3 ਬੰਦਿਆਂ ਨੇ ਹੱਥ ਪਾਇਆ ਕਿ ਤੂੰ ਕਰ ਕੀ ਰਿਹਾ। ਮਤਲਬ ਇਸ ਤਰੀਕੇ ਦਾ ਰਵੱਈਆ ਨਾ ਕਦੇ ਵੇਖਣ ਨੂੰ ਮਿਲਿਆ ਔਰ ਨਾ ਅਸੀਂ ਸੋਚ ਸਕਦੇ ਸੀ ਕਿ ਇਹੋ ਜਿਹਾ ਰਵੱਈਆ ਕਦੇ ਕੋਈ ਸਰਕਾਰ ਦਾ ਸੀਨੀਅਰ ਵਜ਼ੀਰ ਇਸ ਤਰੀਕੇ ਦਾ ਰਵੱਈਆ ਕਰੂਗਾ।
ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ, ਬੜੀ ਸਾਜ਼ਿਸ਼ ਨਾਲ ਬੜੇ ਸ਼ਾਤਰ ਤਰੀਕੇ ਨਾਲ ਕਾਂਗਰਸ ਪਾਰਟੀ ਆਪਣੀ ਗੱਲ ਪੇਸ਼ ਕਰ ਰਹੀ ਹੈ ਜੋ ਹਮੇਸ਼ਾ ਕਰਦੀ ਆਈ ਹੈ। ਅਸੀਂ ਵਿਧਾਨ ਸਾਡੇ ਅਸੀਂ ਪਹੁੰਚੇ ਹੈ ਉਹਨਾਂ ਦੇ ਘਰ ਕੋਈ 10:45 ਵਜੇ, ਸਾਡੇ ਤੋਂ ਪਹਿਲਾਂ ਉਹ ਪਰਿਵਾਰ ਪਹੁੰਚੇ ਹੋਏ ਸੀ। ਅੱਜ ਵਿਧਾਨ ਸਭਾ 'ਚ ਮੈਨੂੰ ਪਤਾ ਲੱਗਿਆ ਗੱਲ ਕਿਹਾ ਕਿ ਅਸੀਂ ਮਨਪ੍ਰੀਤ ਮਾਨ ਬਾਦਲ ਨੂੰ ਘੇਰਿਆ, ਬਿਲਕੁਲ ਝੂਠ ਗੱਲ। ਪਰਿਵਾਰ ਪਹਿਲਾਂ ਉੱਥੇ ਪਹੁੰਚੇ ਸੀ ਜਿਹੜੇ ਖੁਦਕੁਸ਼ੀ ਪਰਿਵਾਰ ਨੇ, ਔਰ ਸਾਨੂੰ ਕਿਉਂਕਿ ਉਹ ਮਿਲੇ ਜ਼ਰੂਰ ਸੀ, ਸਾਨੂੰ ਇਕੱਲਿਆਂ ਨੂੰ ਨਹੀਂ ਮਿਲੇ। ਮੈਨੂੰ ਹੁਣ ਦੱਸਦੇ ਆ ਕੀਨੂੰ ਜੀ ਕਿ ਉਹ ਪਿਛਲੇ ਕਈ ਦਿਨਾਂ ਤੋਂ ਇੱਥੇ MLA ਨੂੰ ਅਪਰੋਚ ਕਰ ਰਹੇ ਸੀ, ਕਿਉਂਕਿ ਉਦੋਂ ਅਪਰੋਚ ਕਰ ਰਹੇ ਸੀ, ਔਰ ਮੈਨੂੰ ਇਹ ਵੀ ਦੱਸਿਆ ਗਿਆ ਕਿ ਆਪ ਵਾਲੇ MLA ਨੂੰ ਵੀ ਮਿਲੇ ਕਿ ਸਾਡੀ ਗੱਲ ਵਿਧਾਨ ਸਭਾ 'ਚ ਕਰੋ। ਔਰ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ, ਜੋ ਅੱਜ ਮੈਨੂੰ ਉਹਨਾਂ ਨੇ ਦੱਸਿਆ ਕਿ ਅਸੀਂ ਖਜ਼ਾਨਾ ਮੰਤਰੀ ਸਾਹਿਬ ਅਸੀਂ ਉਸ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਹਾਂ ਬਠਿੰਡੇ ਨੂੰ, ਬੜੀ ਵਾਰੀ ਅਪਰੋਚ ਕੀਤਾ ਕਿ ਸਾਡੀ ਗੱਲ ਸੁਣੀ ਜਾਵੇ, ਮਗਰ ਉਹਨਾਂ ਦੀ ਗੱਲ ਨਹੀਂ ਸੁਣੀ ਗਈ। ਔਰ ਜਦ ਸਾਨੂੰ ਉਹਨਾਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਜਦ ਸਾਨੂੰ ਵਾਰ ਵਾਰ ਮਜਬੂਰ ਕੀਤਾ ਗਿਆ, ਤੇ ਅਸੀਂ ਵੀ ਉਹਨਾਂ ਤੋਂ ਕੋਈ 10-15 ਮਿੰਟ ਬਾਅਦ ਅਸੀਂ ਵੀ ਉੱਥੇ ਪਹੁੰਚੇ, ਔਰ ਅਸੀਂ ਅੰਦਰ ਔਰ ਢਿੱਲੋਂ ਸਾਹਿਬ ਆ ਰਹੇ ਹੈ, ਇਹਨਾਂ ਨੇ ਸੁਨੇਹਾ ਕਲਾਇਆ ਕਿ ਜੀ ਖਜ਼ਾਨਾ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਇਹ ਸੂਸਾਈਡ ਫੈਮਿਲੀ ਜਿਹਨਾਂ ਦੇ ਪਰਿਵਾਰਾਂ ਦੇ ਕਿਸਾਨਾਂ ਦੇ ਖੇਤ ਮਜ਼ਦੂਰਾਂ ਦੇ ਇਹ ਹਾਦਸਾ ਵਾਪਰਿਆ, ਉਹ ਆਏ ਹੈ ਖੁਦਕੁਸ਼ੀ ਦੇ ਪਰਿਵਾਰ, ਕਾਇੰਡਲੀ ਤੁਸੀਂ ਆ ਕੇ ਇਹਨਾਂ ਦੀ ਗੱਲ ਸੁਣ ਲਓ। ਸਾਨੂੰ 10 ਮਿੰਟ ਬਾਅਦ 10-15 ਮਿੰਟ 'ਚ ਮੈਸੇਜ ਆਉਂਦਾ ਅੰਦਰੋਂ ਕਿ ਖਜ਼ਾਨਾ ਮੰਤਰੀ ਸਾਹਿਬ ਤਾਂ ਹਲੇ ਤਿਆਰ ਹੋ ਰਹੇ ਆ, ਨਹਾ ਰਹੇ ਆ, ਤਿਆਰ ਹੋ ਰਹੇ ਆ, ਜਦੋਂ ਹੋ ਜਾਂਦੇ ਤੁਹਾਨੂੰ ਦੱਸਦੇ ਹਾਂ। ਅਸੀਂ ਕਿਹਾ ਠੀਕ ਹੈ। 15 ਮਿੰਟ ਬਾਅਦ ਫੇਰ ਉਦੋਂ ਮੈਨੂੰ ਲੱਗਦਾ ਕੌਣ ਗਿਆ ਸੀ ਜੀ ਉੱਥੇ ਗੇਟ ਦੇ ਨੇੜੇ, ਸ਼ਰਮਾ ਜੀ ਜਾਂ ਸਾਡੇ 'ਚੋਂ ਇੱਕ MLA ਆ ਰਮਾਣਾ ਜੀ, ਜਾਂ ਆਪਣਾ ਸ਼ਰਮਾ ਜੀ, ਜਾਂ ਮੈਨੂੰ ਸਾਬੀ ਵੀ ਗਿਆ ਸੀ, ਇਹਨਾਂ ਨੂੰ ਅਸੀਂ ਫੇਰ ਭੇਜਿਆ। ਜਿਹੜਾ ਉਹ ਇੱਕ ਉੱਥੇ ਜਿਹੜਾ ਉਹ ਸੰਤਰੀ ਦਾ ਪਿਕਟ ਸੀ, ਉਹਨੂੰ ਖੋਲ ਕੇ ਲਿਆ ਕਿ ਤੁਸੀਂ ਕਾਇੰਡਲੀ ਖਜ਼ਾਨਾ ਮੰਤਰੀ ਸਾਹਿਬ ਨੂੰ ਇਹ ਰਿਕੁਐਸਟ ਕਰ ਦਿਓ ਕਿ ਸਾਡੀ ਗੱਲ ਆ ਕੇ ਸੁਣ ਲੈਣ, ਅਸੀਂ ਵੀ ਵਿਧਾਨ ਸਭਾ ਸਭ ਨੇ ਪਹੁੰਚਣਾ। ਸਾਨੂੰ ਫੇਰ ਇਹੀ ਕਿਹਾ ਗਿਆ ਕਿ ਜੀ ਹੁਣੇ ਜਦੋਂ ਉਹ ਸੁਨੇਹਾ ਆਉਂਦਾ ਤੁਹਾਨੂੰ ਦੱਸ ਦੇ। ਅਸੀਂ ਕਿਹਾ ਠੀਕ ਹੈ ਜੀ। ਉਹੀ ਕਰਦੇ ਕਰਾਉਂਦਿਆਂ ਖਜ਼ਾਨਾ ਮੰਤਰੀ ਸਾਹਿਬ ਨੇ ਤਾਂ ਕੀ ਆਉਣਾ ਸੀ, ਇੱਥੋਂ ਪਹਿਲਾਂ ਤਾਂ ਉਹ ਪਾਣੀ ਵਾਲੀ ਬੱਸ ਆ ਗਈ ਉਹਨਾਂ ਦੀ, ਜਿਹੜੀ ਪਾਣੀ ਮਾਰਦੀ ਹੁੰਦੀ ਆ, ਉਹ ਲਿਆ ਕੇ ਸਾਡੇ ਜਮਾਂ ਨੇੜੇ ਖੜੀ ਕਰਤੀ। ਫਿਰ ਅਫਸਰ ਆਏ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੋਂ ਚੱਲੋ। ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ, ਉਦੋਂ 10:15 ਦਾ ਟਾਈਮ ਹੋਣਾ, ਅਸੀਂ ਉਹਨਾਂ ਕਿਹਾ ਜੀ ਹਲੇ 11 ਵਜੇ ਅਸੀਂ ਵੀ ਸੈਸ਼ਨ ਜਾਣਾ, 11 ਵਜੇ ਸੈਸ਼ਨ ਲੱਗਣਾ, ਸਾਡੀ ਕਾਇੰਡਲੀ ਤੁਹਾਨੂੰ ਰਿਕੁਐਸਟ ਹੈ, ਪਰਿਵਾਰਾਂ ਦੀ ਤਸੱਲੀ ਹੁੰਦੀ ਹੈ, ਤੁਸੀਂ ਇਹਨਾਂ ਪਰਿਵਾਰਾਂ ਦੀ ਇੱਕ ਵਾਰੀ ਪਰਸਨਲ ਰੂਬਰੂ ਆ ਖਜ਼ਾਨਾ ਮੰਤਰੀ ਸਾਹਿਬ ਨਾਲ ਕਰਾ ਦਿਓ। ਤੁਹਾਨੂੰ ਬਹੁਤ ਵਧੀਆ ਸਵਾਲ ਤੁਸੀਂ ਕੀਤਾ। ਤੁਹਾਨੂੰ ਯਾਦ ਹੋਵੇ ਉਹ ਦਿਨ ਜਿਸ ਦਿਨ ਇਹਨਾਂ ਨੇ 58 ਤੋਂ 60 ਕੀਤਾ ਸੀ, ਉਸ ਦਿਨ ਅਸੀਂ ਸਾਰਿਆਂ ਨੇ ਇਹ ਗੱਲ ਰੌਲਾ ਪਾਇਆ ਸੀ ਕਿ ਤੁਸੀਂ ਨੌਜਵਾਨਾਂ ਨਾਲ ਜੇ ਫਰੋਡ ਕਰ ਗਏ ਹੋ,
ਦੇਖੋ ਵੇਕੈਂਸੀ ਕ੍ਰੀਏਟ ਹੋਊਗੀ ਤੇ ਤੁਸੀਂ ਨਵੇਂ ਨੂੰ ਨੌਕਰੀ ਦਿਓਗੇ, ਜੋ ਵੇਕੈਂਸੀ ਕ੍ਰੀਏਟ ਹੀ ਨਹੀਂ ਹੋ। ਹਾਂਜੀ ਮੇਰੀ ਬੇਨਤੀ ਬੇਨਤੀ ਦਵਿੰਦਰ ਜੀ ਗੱਲ ਸੁਣ ਲਓ, ਇਹਨਾਂ ਨੇ ਸਾਡੇ ਵੇਲੇ ਦੇ ਮੈਨੀਫੈਸਟੋ ਦੀ ਗੱਲ ਨਹੀਂ ਕਰ ਰਹੇ, ਇਹ ਜਦ ਸਰਕਾਰ ਬਣੀ ਸੀ ਇਹਨਾਂ ਨੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ, ਹੁਣ ਵੇਕੈਂਸੀ ਕ੍ਰੀਏਟ ਹੋਊਗੀ ਤੇ ਤੁਸੀਂ ਨੌਕਰੀ ਵੱਧ ਦੇ ਸਕਦੇ ਹੋ, ਮਗਰ ਇਹਨਾਂ ਨੇ ਆਪਣੀ ਸਰਕਾਰ ਵੇਲੇ ਫਿਰ 2 ਸਾਲ ਦੀ ਐਕਸਟੈਂਸ਼ਨ ਦੇਣੀ ਸ਼ੁਰੂ ਕਰਤੀ, ਵਿਟ ਵਾਜ ਅਗੇਂਸਟ ਦੇਅਰ ਵਾਅਦਾ, ਇਹਨਾਂ ਨੂੰ ਲੋਡ ਕੋਈ ਨਹੀਂ ਸੀ। ਅੱਜ ਇਹਨਾਂ ਨੇ ਕੋਰਸ ਕਰੈਕਸ਼ਨ ਕੀਤਾ, ਜਿਹੜਾ ਵਿਰੋਧ ਅਸੀਂ ਕੀਤਾ ਸੀ ਉਸ ਵਿਰੋਧ ਅੱਗੇ ਕਾਂਗਰਸ ਨੂੰ ਝੁਕਣਾ ਪਿਆ, ਮਗਰ 3 ਸਾਲ ਕੱਢਤੇ, 3 ਸਾਲ ਉਹਨਾਂ ਨੌਜਵਾਨਾਂ ਦਾ ਹੱਕ ਇਹਨਾਂ ਨੇ ਮਾਰ ਕੇ ਰੱਖਿਆ। ਦੁੱਖ ਇਸ ਗੱਲ ਦਾ ਅੱਜ ਕੋਈ ਬੈਨੀਫਿਟ ਨਹੀਂ ਦਿੱਤਾ। ਔਰ ਵੱਡੀ ਗੱਲ ਵੇਖੋ, ਜਿਹਨੇ ਰਿਟਾਇਰ ਹੋਣਾ, ਮੈਂ ਖਜ਼ਾਨਾ ਮੰਤਰੀ ਸਾਹਿਬ ਨੂੰ ਪੁੱਛਦਾ ਹਾਂ ਕਿ ਪਿਛਲੇ ਜਿਹੜੇ ਰਿਟਾਇਰ ਹੋਏ ਆ ਉਹਨਾਂ ਦਾ ਤਾਂ ਬੈਨੀਫਿਟ ਮਿਲ ਨਹੀਂ ਰਿਹਾ, ਇਹਨਾਂ ਨੂੰ ਫਿਰ ਕਿੰਨੇ ਸਾਲ ਬਾਅਦ ਦਿਓਗੇ ਆਪਦੀ ਸਰਕਾਰ ਜਾਣ ਤੋਂ ਮਗਰੋਂ? ਉਹ ਤਾਂ ਵਿਚਾਰੇ ਉਹ ਵੀ ਠੱਗੇ ਗਏ, ਜਿਹਨੇ ਲੱਥਣਾ ਉਹਨੂੰ ਵੀ ਬੈਨੀਫਿਟ ਕੋਈ ਨਹੀਂ ਮਿਲਣਾ। ਹੁਣ ਮੇਰਾ ਵੀਰ ਮੈਂ ਤੁਹਾਨੂੰ ਦੱਸਾਂ, ਖਜ਼ਾਨਾ ਮੰਤਰੀ ਮੈਨੂੰ ਤਾਂ ਜਾਦੂਗਰ ਲੱਗਦਾ, ਜਾਦੂਗਰ ਜੋ ਕੰਮ ਆਉਂਦੇ ਭਾਊ ਨੂੰ, ਜਾਂ ਤਾਂ ਇਹ ਜਾਦੂਗਰ ਹੈ ਅਤੇ ਜਾਂ ਇਹ ਉਹ ਨਿਆਣੇ ਨਹੀਂ ਹੁੰਦੇ ਜਿਹੜੇ ਠੱਗੀ ਮਾਰਦੇ ਹੁੰਦੇ ਸਲਿੱਪਾਂ ਨਾਲ, ਇਹ ਆਈ ਵਾਰੀ ਉਹਦਾ ਬੰਤਰ ਬਦਲ ਦਿੰਦਾ, ਫਜਿੰਗ ਆਫ ਫਿਗਰ ਜਿਹਨੂੰ ਕਹਿ ਦਿੰਦੇ ਹੋ। ਤੁਹਾਨੂੰ ਲੱਗਦਾ, ਚਲੋ ਸਾਰੀ ਗੱਲ ਛੱਡੋ, ਪੰਜਾਬ ਦੀ ਸੜਕਾਂ 'ਤੇ ਜੇ ਤੁਸੀਂ ਉਤਰਦੇ ਤੁਸੀਂ ਰਿਪੋਰਟ ਕਰਦੇ ਹੋ ਨਾ, ਸਾਡੇ ਤੋਂ ਜ਼ਿਆਦਾ ਤਾਂ ਤੁਹਾਡੀ ਰਿਪੋਰਟਿੰਗ ਹੈ। ਤੁਹਾਨੂੰ ਕੋਈ ਲੱਗਿਆ ਪੈਸਾ ਕਿੱਥੇ ਲੱਗਿਆ? ਤੁਹਾਨੂੰ ਲੱਗਿਆ ਕਿ ਲੋਕਾਂ ਦੇ ਕਿਸਾਨਾਂ ਦਾ ਬਕਾਇਆ ਮਿਲਿਆ? ਤੁਹਾਨੂੰ ਲੱਗਿਆ ਕਿ ਕਿਸਾਨਾਂ ਦੇ ਕਰਜ਼ੇ ਮਾਫ਼ ਹੋ ਗਏ ਫਿਰ ਖੁਦਕੁਸ਼ੀ ਕਿਉਂ ਹੋ ਰਹੀ ਹੈ? ਤੁਹਾਨੂੰ ਲੱਗਦਾ ਮੁਲਾਜ਼ਮਾਂ ਦੇ ਭੱਤੇ ਦੇ ਤੇ? ਤੁਹਾਨੂੰ ਲੱਗਦਾ ਕਿ ਗੰਨੇ ਦੇ ਬਕਾਏ ਦੇ ਤੇ? ਤੁਹਾਨੂੰ ਲੱਗਦਾ ਸ਼ਹਿਰ 'ਚ ਕੋਈ ਸੜਕਾਂ ਦੀ ਪੱਚ ਵੀ ਲਾਉਣਾ ਸ਼ੁਰੂ ਹੋਇਆ? ਤੁਹਾਨੂੰ ਲੱਗਦਾ ਕਿ 2500 ਰੁਪਈਆ ਬੇਰੁਜ਼ਗਾਰੀ ਭੱਤਾ ਮਿਲ ਰਿਹਾ? ਸਮਾਰਟਫੋਨ ਨੂੰ ਤਾਂ ਹੁਣ ਕਰੋਨਾ ਵਾਇਰਸ ਕਹਿਤਾ, ਇਹ ਸ਼ੁਕਰ ਕਰੋ ਬਜਟ ਪੇਸ਼ ਹੋ ਗਿਆ, ਇਹਨੂੰ ਨਾ ਕਰੋਨਾ ਵਾਇਰਸ ਹੋ ਗਿਆ ਕਿੱਥੇ? ਇਹਦਾ ਮਤਲਬ ਇਹਨਾਂ ਦਾ ਪਤਾ ਕੋਈ ਨਹੀਂ, ਇਹਦਾ ਕੁਛ ਬੋਲ ਸਕਦੇ? ਹਾਂਜੀ ਹੁਣ ਤਾਂ ਇਹ ਵੀ ਨਾਲ ਕੈਪਟਨ ਸਾਹਿਬ ਨੇ ਉਹਦੇ 'ਚ ਜਿਵੇਂ ਹੈਲਥ ਵਾਰਨਿੰਗ ਆਉਂਦੀ ਹੈ ਨਾ, ਚੇਤਾਵਨੀ ਵੀ ਦੇ ਦਿੱਤੀ ਆ ਕਿ ਜਿਹੜਾ ਸਾਡੇ ਫੋਨ ਨੂੰ ਹੱਥ ਲਾਊਗਾ ਇਹ ਆਉਣੇ ਚੀਨ ਤੋਂ ਹੈ ਅਤੇ ਫਿਰ ਉਹ ਰੱਬ ਰਾਖਾ ਉਹਦਾ, ਇਹ ਨਾਲ ਹੀ ਦੇ ਦਿੱਤੀ। ਉਹ ਦੇਖੋ ਜਦੋਂ ਕਿਸੇ ਨੇ ਧੱਕੇਸ਼ਾਹੀ ਕਰਨੀ ਹੋਵੇ ਤੇ ਮੈਂ ਤਾਂ ਲੱਗਦਾ ਅਮਰੀਕਾ ਬੈਠੇ MLA ਨੂੰ ਵੀ ਕਰ ਦੇਣਗੇ, ਅਫਰੀਕਾ ਗਏ ਨੂੰ ਵੀ ਕਰ ਦੇਣਗੇ। ਇਹਨਾਂ ਨੂੰ ਕੀ ਜ਼ੋਰ ਲੱਗਿਆ? ਦੱਬੀ ਜੋ ਕਿੱਲੀ ਉੱਧਰ ਦੀ, ਹੈਰਾਨਗੀ ਦੀ ਗੱਲ ਹੈ, ਸਾਡੇ ਨਾਲ ਧੱਕਾ ਹੋਇਆ, ਸਾਡੇ ਨਾਲ ਬੇਇਨਸਾਫੀ ਹੋਈ। ਅਸੀਂ ਵਿਧਾਨ ਸਭਾ ਜਾਣਾ ਸੀ, ਸਾਨੂੰ ਤਾਂ ਰੋਕ ਕੇ ਉਹਦੇ ਕੁੱਟ ਪੁਲਿਸ ਕੋਲੋਂ ਕਟਾਉਣਾ ਸ਼ੁਰੂ ਕਰਤਾ, ਕਿਸਾਨ ਪਰਿਵਾਰਾਂ ਨੂੰ ਕਟਾਉਣਾ ਸ਼ੁਰੂ ਕਰਤਾ, ਬੇਇਨਸਾਫੀ ਸਾਡੇ ਨਾਲ ਹੋਈ। ਉਹ ਭਾਉ ਦੇ ਖਿਲਾਫ ਤਾਂ ਪਤਾ ਨਹੀਂ ਕਾਹਦਾ ਉਹ ਲਿਆ ਸਾਡੇ ਖਿਲਾਫ਼। ਮੈਂ ਤੁਹਾਨੂੰ ਇੱਕ ਹੋਰ ਦੱਸਦਾ, ਚੈੱਕ ਕਰਿਓ ਜੀ, ਯੂਅਰ ਦੇਰ 10:45 'ਤੇ, 10:45 'ਚ ਮੈਨੂੰ ਤਾਂ ਬਿਠਾ ਲਿਆ ਸੀ ਗੱਡੀ 'ਚ, ਉਹ ਤੋਂ ਬਾਅਦ 15 ਮਿੰਟ ਸੀ ਵਿਧਾਨ ਸਭਾ ਪਹੁੰਚਣ ਲਈ। ਇਸ 15 ਮਿੰਟ ਕੀ ਕਰਦਾ ਸੀ ਅੰਦਰ? ਇਹਨੇ ਜਾਣ ਬੁੱਝ ਕੇ ਸਾਰਿਆਂ ਨੇ ਸ਼ਰਾਰਤ ਕੀਤੀ ਕਿ ਹੁਣ ਜਾਓ ਨਾ, ਔਰ ਜਾ ਕੇ ਇਹਨਾਂ ਨੇ ਸਲਾਹ ਬਣਾ ਲਈ ਕਿ ਹੁਣ ਲੇਟ ਆਈ ਫਿਰ ਅਸੀਂ ਇਹਨਾਂ ਦੇ ਖਿਲਾਫ਼ ਪ੍ਰਿਵਿਲੇਜ ਲਾਵਾਂਗੇ, ਨਹੀਂ ਤਾਂ ਉੱਥੋਂ ਜਾਣ ਨੂੰ ਤਾਂ 3 ਮਿੰਟ ਨਹੀਂ ਪੂਰੇ ਲੱਗਦੇ।
ਇਹ ਤੁਰ ਕੇ ਵੀ ਚਲੇ ਜਾਂਦਾ ਤਾਂ ਵੀ 11 ਮਿੰਟਾਂ 'ਚ ਪਹੁੰਚ ਜਾਣਾ ਹੈ। ਉਹ ਇਹ ਆਪ ਹੀ ਨਹੀਂ ਜਾਣਾ ਚਾਹੁੰਦੇ ਸੀ ਕਿਉਂਕਿ ਪਤਾ ਹੀ ਝੂਠ ਦਾ ਪਲੰਦਾ ਪੜਨਾ ਜਾ ਕੇ ਉੱਥੇ, ਤੇ ਹੁਣ ਕੋਈ ਬਹਾਨਾ ਸਾਡੇ ਸਿਰ ਤਾਂ ਕੁਛ ਠਿਕੜੀ ਫੋੜਨਾ ਹੀ। ਮੈਂ ਹੁਣ ਨਾ ਤੁਹਾਨੂੰ ਤੁਸੀਂ ਮੇਰੀ ਗੱਲ ਨੂੰ ਕੋਟ ਕਰ ਦਿਓ, ਮੈਂ ਪੁਲਿਸ ਮੁਲਾਜ਼ਮ ਜਿਹੜੇ ਸਾਨੂੰ ਲੈ ਕੇ ਗਏ ਉਹਨਾਂ ਦੇ ਸਪਸ਼ਟ ਲਫ਼ਜ਼ ਦੱਸ ਰਿਹਾ। ਉਹਨੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਜੀ ਜੇ ਤੁਸੀਂ ਸਾਨੂੰ ਕਿਹਾ ਸੀ ਕਿ ਤੁਸੀਂ ਸਾਡੀ ਮੀਟਿੰਗ ਕਰਾਉਣ ਲੱਗੇ ਹੈ ਤਾਂ ਕਿਰਾਈ ਕਿਉਂ ਨਹੀਂ? ਕਹਿੰਦੇ ਜੀ ਮੈਂ ਤਾਂ ਬੇਨਤੀ ਕਰ ਸਕਦਾ ਅਗਲੇ ਮੀਟਿੰਗ ਵਾਲੇ ਤੁਹਾਡੇ ਨਾਲ ਮੀਟਿੰਗ ਕਰਨ, ਫਿਰ ਹੀ ਹੋ ਸਕਦੀ। ਚਲੋ ਗੱਲ ਉਹਦੀ ਠੀਕ ਸੀ, ਮਗਰ ਉਹਨੇ ਗੱਲ 'ਚ ਆਪਦੀ 'ਚ ਇਸ਼ਾਰਾ ਕਰਤਾ। ਫਿਰ ਮੈਂ ਕਿਹਾ ਜੀ ਜਦ ਹਲੇ 25 ਮਿੰਟ ਰਹਿੰਦੇ ਸੀ ਤੁਹਾਨੂੰ ਇਹ ਧੱਕੇਸ਼ਾਹੀ ਦੀ ਕੀ ਲੋੜ ਪੈ ਗਈ? ਕਹਿੰਦੇ ਜੀ ਸਾਨੂੰ 5-7 ਫੋਨ ਆਏ ਕਿ ਜੋ ਮਰਜ਼ੀ ਕਰਦੇ ਇਹ ਰਸਤਾ ਸਾਫ ਕਰਾ ਦੇ 2 ਮਿੰਟਾਂ 'ਚ। ਔਰ ਕਹਿੰਦੇ ਮੈਂ ਪਹਿਲੇ ਫੋਨ 'ਤੇ ਅਸਰ ਨਹੀਂ ਮੰਨਿਆ, ਦੂਜੇ 'ਤੇ ਨਹੀਂ ਮੰਨਿਆ, ਮਗਰ 7ਵਾਂ ਫੋਨ ਸਾਡਾ ਐਡਾ ਸਖ਼ਤ ਸੀ ਕਿ ਜੋ ਮਰਜ਼ੀ ਕਰਦੇ ਹੋ ਰਸਤਾ ਸਾਫ ਚਾਹੀਦਾ, ਮਤਲਬ ਕਿ ਯੂ ਯੂਜ਼ ਵਟ ਐਵਰ ਫੋਰਸ ਅਗੇਂਸਟ ਹੂ ਐਵਰ, ਮਗਰ ਖਜ਼ਾਨਾ ਮੰਤਰੀ ਦਾ ਰਸਤਾ ਸਾਫ ਚਾਹੀਦਾ। ਔਰ ਇਹ ਗੱਲ ਮੈਂ ਦੱਸ ਰਿਹਾ 10:40-45 ਟਾਈਮ ਚੈੱਕ ਕਰ ਲਿਓ, 47 ਨਹੀਂ ਹੋਣੇ, ਅਸੀਂ ਸਾਰੇ ਤਾਂ ਬੱਸਾਂ ਦੇ ਅੰਦਰ ਸੀ ਅਤੇ ਖਜ਼ਾਨਾ ਮੰਤਰੀ ਕਿੱਥੇ, ਉਹਨੂੰ ਕਿੱਥੇ ਸੁੱਤਾ ਪਿਆ ਸੀ? ਚਲੇ ਕਿਉਂ ਨਾ ਗਿਆ? ਤੁਰ ਕੇ ਵੀ ਜਾਂਦਾ ਤਾਂ ਵੀ ਪਹੁੰਚ ਜਾਣਾ ਸੀਗਾ 2 ਮਿੰਟ ਪਹਿਲਾਂ 11 ਵਜੇ ਤੋਂ, ਮਗਰ ਨੀਅਤ ਹੀ ਨਹੀਂ ਸੀ। ਦੇਣਾ ਕੁਛ ਹੋਵੇ ਤਾਂ ਬੰਦਾ ਖੁਸ਼ੀ ਖੁਸ਼ੀ ਜਾਵੇ ਨਾ, ਜਿਹਨੇ ਦੇਣਾ ਹੀ ਕੁਛ ਨਹੀਂ, ਜਿਹਨੇ ਵਿਖਾ ਕੇ ਜਾ ਕੇ ਲੋਕਾਂ ਦਾ ਬਣਾਉਣਾ ਮੂਰਖ, ਫਿਰ ਸੁਭਾਵਿਕ ਉਹ 10-15 ਮਿੰਟ ਬਾਅਦ ਚਲੇ ਜਾਵੇ। ਜਿਵੇਂ ਬਾਲ ਸਾਹਿਬ ਨੇ ਅੱਜ ਕਹੀ ਦਿੱਤਾ, ਕਿਸੇ ਤੁਹਾਡੇ ਪੱਤਰਕਾਰ ਵੀਰ ਨੇ ਪੁੱਛਿਆ ਸੀ ਕਿ ਖਜ਼ਾਨਾ ਮੰਤਰੀ ਸਾਹਿਬ ਨੂੰ ਲੇਟ ਕਰਤਾ, ਅਤੇ ਉਹਨਾਂ ਕਿਹਾ ਕਿਹੜਾ ਭਾਗ ਡਿੱਗ ਪਿਆ, ਇਹਨੇ ਜਾ ਕੇ ਤਾਂ ਝੂਠ ਹੀ ਬੋਲਣਾ ਸੀ ਉੱਥੇ, ਅਤੇ 1/2 ਘੰਟੇ ਬਾਅਦ ਝੂਠ ਬੋਲਣ ਦੇ ਜਿਹੜਾ ਬੋਲਣਾ ਸੀ, ਅਤੇ ਉਹ ਸੱਚਾਈ ਗੱਲ ਹੈ, ਕੋਈ ਝੂਠੀ ਗੱਲ ਤਾਂ ਨਹੀਂ? ਕੋਈ ਬਜਟ 'ਚ ਮੈਨੀਫੈਸਟੋ ਦੇ ਨਾਲ ਕੀਤੇ ਵਾਅਦੇ ਕੋਈ ਪੂਰੇ ਹੋਏ? ਖਜ਼ਾਨੇ 'ਚ ਤਨਖਾਹ ਦੇਣ ਨੂੰ ਪੈਸੇ ਨਹੀਂ, 45,000 ਤੋਂ 15,000 ਤਨਖਾਹ ਕਰਤੀ, ਭੱਤਾ ਦਿੰਦੇ ਨਹੀਂ, ਨਵੀਂ ਨੌਕਰੀ ਦੀ ਕੋਈ ਗੱਲ ਆਈ? ITI ਤਾਂ ਪਿਛਲੀਆਂ 'ਚ ਵੀ ਰੱਖਤੀਆਂ ਸੀ। ਮੈਂ ਤੁਹਾਨੂੰ ਨਾ ਇਹ ਮੈਂ ਹੁਣ ਬਜਟ 'ਤੇ ਬੋਲੂੰਗਾ ਯਾਰ, ਉਹ ਤੋਂ ਤੁਸੀਂ ਸੁਣ ਲਿਓ। ਇਹ ਤਾਂ ਮਨਪ੍ਰੀਤ ਜੀ ਮੈਂ ਤੁਹਾਨੂੰ ਦੱਸਾਂ, ਇਹ ਉਹੋ ਜਿਹੇ ਨੇ ਬੋਲਣ ਵੇਲੇ ਤਾਂ ਇਹ ਬੋਲਦੇ ਬੋਲਦੇ ਕੁਛ ਕਰ ਜਾਣ, ਅਮਰੀਕਾ ਪਹੁੰਚਾ ਦੇਣ ਬੰਦੇ ਨੂੰ ਇੱਥੇ ਬੈਠੇ ਬੈਠੇ ਨੂੰ। ਇਹ ਤਾਂ ਮਤਲਬ ਪੁੱਛੋ ਨਾ ਧਰਤੀ ਤੋਂ ਅਸਮਾਨ, ਅਸਮਾਨ ਤੋਂ ਧਰਤੀ, ਇੱਕ ਮਿੰਟ 'ਚ ਫੈਸਲਾ ਇਹ ਕਰ ਦਿੰਦੇ ਬੰਦੇ ਦਾ ਕਵਰ। ਇਸ ਲਈ ਉਹਨਾਂ ਦੀ ਕਲਾਕਾਰੀ ਦੀ ਤਾਂ ਪੰਜਾਬ ਦਾਤ ਦਿੰਦਾ, ਉਹ 'ਤੇ ਕਿਹੜੀ ਗੱਲ ਹੈ? ਠੀਕ ਹੈ ਜੀ। ਔਰ ਮੈਂ ਫੇਰ ਕਹਿ ਦਿਆਂ ਜੀ ਕਿ ਆ ਸਾਡੇ ਦੇਖੋ ਆ ਢਿੱਲੋਂ ਸਾਹਿਬ ਸਾਡੇ ਐਡੇ ਸਤਿਕਾਰਯੋਗ ਸੀਨੀਅਰ ਨੇ, ਇਹਨਾਂ ਦੀ ਵੀ ਜਿਹੜੀ ਗੱਲ ਹੁਣ ਇਹ ਤਾਂ ਬਾਅਦ 'ਚ ਆ, ਇਹਨਾਂ ਨੂੰ ਪੁੱਛ ਲਿਓ ਜਿਹੜੀਆਂ ਗੱਲਾਂ ਇਹਨਾਂ ਨੇ ਕਿੰਨੀ ਵਾਰੀ ਸੁਨੇਹਾ ਘਲਾਇਆ, ਇੱਕ ਤੁਹਾਨੂੰ ਦੱਸ ਦੇਣਗੇ ਕਿ ਇਹੋ ਜਿਹੇ ਬੰਦੇ ਨਾਲ ਕਾਹਦਾ, ਦੱਸੋ ਢਿੱਲੋਂ ਸਾਹਿਬ ਦੀ ਕਿਹੜਾ ਸਰੀਰ ਹੈ, ਤੁਸੀਂ ਇਹਨਾਂ ਨਾਲ ਵੀ ਖਿੱਚ ਤੂੰ ਕਰੀ ਜਾਂਦੇ ਸੀ, ਮਤਲਬ ਕਮਾਲ ਦੀ ਗੱਲ ਹੈ। ਇਹ ਵਿਚਾਰਾ ਕਹਿੰਦੇ ਨੇ ਮੇਰੇ ਨਾਲ ਖੜੇ, ਉਹ ਸਾਡੀ ਗੱਲ ਤਾਂ ਸੁਣ ਲੈ, ਸਾਡੀ ਗੱਲ ਤਾਂ ਸੁਣ ਲੈ। ਮੈਂ ਕਿਹਾ ਇਹਨਾਂ ਨੇ ਨਹੀਂ ਸੁਣਦੇ ਮੂਡ 'ਚ ਅੱਜ ਕੋਈ, ਆਹੋ ਉਹ ਮੂਵੀ ਬਣਾ ਰਿਹਾ ਸੀ ਉਹਨਾਂ ਦਾ, ਨਹੀਂ ਇਹਨਾਂ ਦੇ ਲੱਗੀ ਆ ਜੀ, ਤੇ ਇਹਨਾਂ ਦੇ ਮਾੜੀ ਦੇਖੋ, ਮੇਰੇ ਇੱਕ ਸਿਕਿਉਰਿਟੀ ਅਫਸਰ ਨੂੰ ਉਹਦੇ ਲੱਗੀ ਆ ਜੀ,
ਔਰ ਉਹ ਦੇਖੋ ਉਹਨੇ ਵਿਚਾਰੇ ਨਾਲ ਕਾਹਦੀ ਜੋਰ ਅਛਮਾਈ ਯਾਰ, ਮਤਲਬ ਕਮਾਲ ਹੋ ਗਈ। ਮੈਂ ਕਿੱਥੇ ਉਹ ਕਿੱਥੇ ਉਹਨੂੰ ਕਰੀ ਜਾਂਦੇ ਆ। ਮਤਲਬ ਜਿਵੇਂ ਕਿ ਅੱਜ ਸਬਕ ਸਿਖਾਉਣਾ ਸੀ ਕਿ ਜਿਹੜਾ ਸਾਡੇ ਨੂੰ ਸਵਾਲ ਕਰੂਗਾ ਹੀ ਵਿਲ ਬੀ ਟੋਟ ਏ ਲੈਸਨ। ਮੈਂ ਕਹਿੰਦਾ ਜੀ ਇਹੋ ਜਿਹਾ ਲੈਸਨ ਸਾਨੂੰ 100 ਵਾਰੀ ਅਸੀਂ ਸਿੱਖਣ ਨੂੰ ਤਿਆਰ ਹਾਂ। ਹੁਣ ਤਾਂ ਅਸੀਂ ਵੈਸੇ ਤਾਂ ਨਹੀਂ ਆਉਣਾ ਸੀ ਇਹਨਾਂ ਦੇ ਘਰੇ, ਸਾਨੂੰ ਤਾਂ ਪਹਿਲਾਂ ਹੀ ਪਤਾ ਜੇ ਇਸ ਖਜ਼ਾਨਾ ਮੰਤਰੀ ਨੇ ਬਾਹਰ ਲਿਖ ਕੇ ਲਾਇਆ ਕਿ ਇੱਥੇ ਚਾਹ ਵੀ ਨਹੀਂ ਮਿਲਣੀ, ਅਸੀਂ ਢੀਂਡੇ ਲੈਣ ਜਾਣਾ ਉਹਦੇ ਕੋਲ। ਮਗਰ ਅਸੀਂ ਤਾਂ ਗਏ ਸੀ ਉਹਨਾਂ ਪਰਿਵਾਰਾਂ ਦੇ ਮਗਰ ਹੁਣ ਜ਼ਰੂਰ ਜਾਵਾਂਗੇ ਕਿ ਆਈ ਆਰੀ ਤੂੰ ਸਾਨੂੰ ਕੁੱਟ, ਜਿਹੜਾ ਨੌਕਰੀ ਮੰਗਣ ਆਊ ਉਹਨੂੰ ਵੀ ਕੁੱਟ, ਜਿਹੜਾ ਆਪਦਾ ਹੱਕ ਮੰਗਣ ਆਊ ਉਹਨੂੰ ਵੀ ਕੁੱਟ, ਜਿਹੜਾ ਮੁਲਾਜ਼ਮ ਆ ਉਹ ਤਾਂ ਪਹਿਲਾਂ ਵੀ ਕੁੱਟ ਖਾ ਚੁੱਕੇ, ਗਾਲਾਂ ਵੀ ਖਾ ਚੁੱਕੇ ਆ, ਮਗਰ ਫਿਰ ਚੱਲਾਂਗੇ। ਮਤਲਬ ਜਦ ਹਰੇਕ ਨੂੰ ਪੈ ਰਹੀ ਆ ਤੇ ਸਾਨੂੰ ਵੀ ਉਹਨਾਂ ਨਾਲ ਕੁੱਟ ਪੈਣੀ ਚਾਹੀਦੀ, ਫਿਰ ਅਸੀਂ ਕਿਉਂ ਬਚੀਏ। ताज़ा अपडेट्स के लिए अर्थप्रकाश टीवी को सब्सक्राइब करें और बेल आइकन को प्रेस करें।